ਕਹਿੰਦੇ ਹਸਾਉਣਾ ਵੀ ਇਬਾਦਤ ਬਣ ਜਾਂਦਾ ਜੇ ਹਸਾਉਣ ਦਾ ਯਾਰੋ ਟੰਗ ਹੋਵੇ ਪਰ ਤੁਹਾਨੂੰ ਹਸਾਉਣ ਨੱਚਣ ਲਾਉਣ ਸੇਫਟੀ ਦਾ ਰੱਖਦੇ ਹੋਏ ਧਿਆਨ ਹੋ ਰਹੇ ਨੇ ਪੀ ਟੀ ਸੀ ਪੰਜਾਬੀ ਫਿਲਮ ਅਵਾਰਡਸ ਔਨਲਾਈਨ ਅਤੇ ਹਾਸਿਆਂ ਦੇ ਬਾਦਸ਼ਾਹ ਮੇਹਰ ਮਿੱਤਲ ਸਾਹਿਬ ਜੋ 2016 ਦੇ ਵਿੱਚ ਪੀ ਟੀ ਸੀ ਪੰਜਾਬੀ ਫਿਲਮ ਅਵਾਰਡਸ ਵਿੱਚ ਆਏ ਸੀ ਉਹਨਾਂ ਨੂੰ ਉੱਥੇ ਸਨਮਾਨਿਤ ਕੀਤਾ ਗਿਆ ਸੀ ਉਹ ਜਿਹੜਾ ਪਲ ਸੀ ਉਹ ਸਮੂਹ ਪੰਜਾਬੀ ਇੰਡਸਟਰੀ ਲਈ ਬੜਾ ਭਾਵੁਕ ਪਲ ਸੀ ਪਰ ਜਿਹੜੀ ਗੱਲ ਦਿਲ ਨੂੰ ਟੁੰਬਦੀ ਹੈ ਕਿ ਉਸ ਤੋਂ ਅਗਲੇ ਸਾਲ ਹੀ ਇਹ ਮਹਾਨ ਸ਼ਖਸੀਅਤ ਸਾਡੇ ਵਿੱਚ ਨਹੀਂ ਰਹੇ ਅਤੇ ਸਾਨੂੰ ਮਿਲੀ ਇੱਕ ਅਜਿਹੀ ਨਿੱਘੀ ਯਾਦ ਜੋ ਸਾਨੂੰ ਅੱਜ ਵੀ ਨਹੀਂ ਭੁੱਲਦੀ ਹੁਣ ਗੱਲ ਕਰਦੇ ਹਾਂ ਕੌਮੇਡੀ ਦੇ ਉਸ ਕਪਤਾਨ ਦੀ ਜਿਸ ਨੇ ਬਠਿੰਡੇ ਤੋਂ ਵਕੀਲ ਅਤੇ ਅਧਿਆਪਕ ਬਣਨ ਤੋਂ ਬਾਅਦ ਆਪਣੇ ਅੰਦਰਲੇ ਕਲਾਕਾਰ ਨੂੰ ਐਸਾ ਪਛਾਣਿਆ ਕਿ ਪੂਰਾ ਪੰਜਾਬ ਹੱਸਣ 'ਤੇ ਲਾ ਦਿੱਤਾ ਸੈਂਕੜੇ ਫਿਲਮਾਂ 'ਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕਿਆ ਹੈ ਕਲਾਕਾਰ ਪੰਜਾਬੀ ਫਿਲਮ ਕਾਮੇਡੀ ਦਾ ਥੰਮ ਹੈ ਜੀ ਹਾਂ ਫਿਲਮ ਇੰਡਸਟਰੀ ਦਾ ਇੱਕ ਲੰਬਾ ਬੇਮਿਸਾਲ ਸਫ਼ਰ ਤੈਅ ਕਰਨ ਵਾਲੇ ਮੇਹਰ ਮਿੱਤਲ ਸਾਹਿਬ ਨੂੰ ਸ਼ਹਿਨਸ਼ਾਹ ਕਾਮੇਡੀ ਅਵਾਰਡ ਨਾਲ ਸਨਮਾਨਿਤ ਕਰਦੇ ਹੋਏ ਪੀ ਟੀ ਸੀ ਨੂੰ ਬਹੁਤ ਬਹੁਤ ਫਕਰ ਮਹਿਸੂਸ ਹੁੰਦਾ ਅਤੇ ਮੈਂ ਗੁਜ਼ਾਰਿਸ਼ ਕਰਦਾ ਜੀ ਮੇਹਰ ਮਿੱਤਲ ਸਾਹਿਬ ਨੂੰ ਕਿ ਉਹ ਮੰਚ 'ਤੇ ਤਸ਼ਰੀਫ ਲੈ ਕੇ ਆਉਣ ਦਾ ਨਾਲ ਹੀ ਮੈਂ ਰਿਕੁਐਸਟ ਕਰਦਾ ਜੀ ਰਿਸਪੈਕਟਡ ਗੁਰਦਾਸ ਮਾਨ ਸਾਹਿਬ ਨੂੰ ਕਿ ਉਹ ਵੀ ਸਟੇਜ ਦੇ ਉੱਪਰ ਤਸ਼ਰੀਫ ਲੈ ਕੇ ਆਉਣ ਸਾਰਿਆਂ ਨੂੰ ਬੇਨਤੀ ਹੈ ਕਿ ਮੇਹਰ ਮਿੱਤਲ ਸਾਹਿਬ ਜੀ ਦੀ ਇੱਜ਼ਤ ਅਫਜ਼ਾਈ ਲਈ ਇੱਕ ਵਾਰੀ ਲੈਟਸ ਗਿਵ ਹਿਮ ਅ ਸਟੈਂਡਿੰਗ ਓਵੇਸ਼ਨ ਪਲੀਜ਼ ਕਈ ਯਾਦਗਾਰ ਫਿਲਮਾਂ ਸਾਰੇ ਨਾਲੋਂ ਜ਼ਿਆਦਾ ਯਾਦਗਾਰ ਲੌਂਗ ਦਾ ਲਿਸ਼ਕਾਰਾ ਜਿਹੜੀ ਅਸੀਂ ਸਾਰਿਆਂ ਨੇ ਵੇਖੀ ਹੈ ਮੇਰਾ ਖਿਆਲ ਇੱਕ ਸਮਾਂ ਇਹੋ ਜਿਹਾ ਸੀਗਾ ਕਿ ਮੇਹਰ ਮਿੱਤਲ ਜੀ ਤੋਂ ਬਿਨਾਂ ਕੋਈ ਪੰਜਾਬੀ ਫਿਲਮ ਬਣਦੀ ਨਹੀਂ ਸੀ ਹੁੰਦੀ ਬਿਲਕੁਲ ਸੋ ਇੱਕ ਵਾਰ ਫਿਰ ਜ਼ੋਰਦਾਰ ਤਾੜੀਆਂ ਜੀ ਮੇਹਰ ਮਿੱਤਲ ਜੀ ਲਈ ਇੱਕ ਵਾਰੀ ਮੈਂ ਫਿਲਮ 'ਤੇ ਗਿਆ ਅਤੇ ਮੈਨੂੰ ਉਹਨਾਂ ਨੇ ਇਨਾਮ ਦੇਣਾ ਸੀ ਅਤੇ ਮੈਂ ਸਟੇਜ 'ਤੇ ਆ ਗਿਆ ਅਤੇ ਆ ਕੇ ਕਹਿੰਦੇ ਵੀ ਮਿੱਤਲ ਸਾਹਿਬ ਨੂੰ ਅੱਜ ਪ੍ਰੈਜ਼ੈਂਟ ਦੇ ਰਹੇ ਹਾਂ ਜਿਹੜਾ ਦੇਣਾ ਸੀ ਪਹਿਲਾਂ ਇੱਕ ਨਾ ਆਇਆ ਮੈਂ ਬੈਠਾ ਉਹ ਕਹਿੰਦੇ ਨੀ ਕਮਿਸ਼ਨਰ ਸਾਹਿਬ ਨੇ ਦੇਣਾ ਕਮਿਸ਼ਨਰ ਨਾ ਆਇਆ ਫਿਰ ਡੀ ਐੱਸ ਪੀ ਨਾ ਆਇਆ ਫਿਰ ਹੋਰ ਨਾ ਆਇਆ ਉਹ ਮੈਂ ਕਿਹਾ ਭਾਈ ਮੈਨੂੰ ਇਨਾਮ ਦੱਸਿਓ ਯਾਰ ਮੈਨੂੰ ਕਹਿੰਦਾ ਅੱਧਾ ਘੰਟਾ ਉਖੜੇ ਨੂੰ ਕਹਿੰਦੇ ਤੈਨੂੰ ਅਸੀਂ ਦਿਖਾ ਦਿੰਦੇ ਹਾਂ ਵੀ ਹੁਣ ਦੇ ਨਹੀਂ ਸਕਦੇ ਹਰੇ ਉਹਨਾਂ ਨਾਲ ਖੜੋ ਜਾਂਦੇ ਮੈਂ ਭਾਈ ਸਾਹਿਬ ਕੋੜੇ ਕੁਛ ਚਲਿਆ ਗਿਆ ਮੈਂ ਕਿਹਾ ਯਾਰ ਦੇਖ ਲਓ ਕਹਿੰਦੇ ਇਹਦਾ ਯਾਰ ਕੋਈ ਸਿੱਧਾ ਪੁੱਠਦਾ ਲੱਗ ਰਿਹਾ ਨਜ਼ਰ ਨਹੀਂ ਆਉਂਦਾ ਹੈਗਾ ਕਹਿੰਦੇ ਤੁਸੀਂ ਕਿਹੜੇ ਕਹਿੰਦਾ ਸਿੱਧੀਆਂ ਕਰਦੇ ਹੋ ਥੈਂਕ ਯੂ ਵੈਰੀ ਮੱਚ ਥੋੜ੍ਹੀ ਗੱਲ ਹੋ ਸਕਦਾ ਨਹੀਂ ਕਹਿੰਦਾ ਹਾਂ ਇੱਕ ਮਿੰਟ ਅਸਲੀ ਗੱਲ ਮੈਂ ਕੈਨੇਡਾ ਗਿਆ ਅਤੇ ਉੱਥੇ ਕੁੜੀਆਂ ਮੇਰੇ ਉੱਥੇ ਖੁੱਲੀਆਂ ਕੁੜੀਆਂ ਬਣੀਆਂ ਆਈਆਂ ਉਸੇ ਮੇਰੇ ਮਗਰ ਪੈ ਗਈਆਂ ਕਹਿੰਦੀਆਂ ਵੀ ਤੂੰ ਤਾਂ ਕੁੜੀਆਂ ਛੇੜਦਾ ਮੈਂ ਕਿਹਾ ਮੈਂ ਤਾਂ ਕੁੜੀਆਂ ਛੇੜਦਾ ਨਹੀਂ ਮੈਂ ਤਾਂ ਫਿਰ ਮੈਂ ਲੈ ਜਾਂਦੇ ਮੈਂ ਛੇੜ ਲੈਂਦਾ ਕਹਿੰਦਾ ਤਾਂ ਹਰੇ ਵੀ ਛੇੜ ਲੂਗਾ ਮੈਂ ਹਰੇ ਜੁੱਤੀਆਂ ਪੈਣਗੀਆਂ ਹਰੇ ਨੂੰ ਮੈਂ ਛੇੜਨੀਆਂ ਨਹੀਂ ਆਉਂਦੀਆਂ ਐਂ ਕਿਵੇਂ ਹੋ ਜੂਗਾ ਕਹਿੰਦਾ ਨਹੀਂ ਨਾਲੇ ਕਹਿੰਦਾ ਤੂੰ ਜੱਫੀਆਂ ਪਾਉਣਾ ਮੈਂ ਕਿਹਾ ਜੱਫੀ ਉਹ ਪਾਉਂਦੇ ਹੈ ਅਤੇ ਕਹਿੰਦਾ ਕੁੜੀਆਂ ਕੀ ਫੀਲ ਕਰਦੀਆਂ ਮੈਂ ਕੁੜੀਆਂ ਤੋਂ ਪੁੱਛੋ ਮੈਨੂੰ ਤਾਂ ਪਤਾ ਨਹੀਂ ਪੈਂਦਾ ਕਹਿੰਦਾ ਛੱਤ ਕਹਿੰਦੀ ਅਤੇ ਮੈਂ ਕਿਹਾ ਮੈਨੂੰ ਤਾਂ ਪੈਸੇ ਮਿਲਦੇ ਆ ਜੱਫੀ ਪਾਉਂਦੇ ਪੈਸੇ ਮਿਲਦੇ ਆ ਅਤੇ ਕਹਿੰਦੀ ਮੇਰੇ ਨਾਲ ਜੱਫੀ ਪਾ ਮੈਂ ਕਿਹਾ ਕਹਿੰਦੀ ਪਾ 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 ਮੈਂ ਜੱਫੀ ਪਾ ਲਈ ਕਹਿੰਦੀ ਮੈਂ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਬਗਾਨੇ ਦੀ ਮੱਠੀ ਦਾ ਸਵਾਦ ਹੀ ਹੋਰ ਹੈ ਕਹਿੰਦੀ ਐਵੇਂ ਮੈਂ ਕਹਿੰਦੀ ਕਹਿੰਦੀ ਇੱਕ ਹੋਰ ਪਾ ਹੁਣ ਮੈਂ ਪੈਸੇ ਲੱਗਣਗੇ ਮੁੱਕ ਜਾਂਦੇ ਥੈਂਕ ਯੂ